ਨਹੀਂ ਉਹ ਦਿਨ ਵਾਲੀ ਗੱਲ ਸੁਣਾ ਮਾਂ ਪਿਓ ਨਾਲ ਰਹਿਣ ਵਾਲੀ। ਅੱਛਾ ਜਿਹੜੀ ਆਪਾਂ ਉਹਦੇ ਵੀਡੀਓ ਪਾਈ ਸੀ। ਹਾਂ ਹਾਂ ਉਹਦੇ ਨਾਲ। ਇੱਕ ਜਿਹੜੇ ਹੋਰ ਗੱਲ ਇਹ 'ਚ ਸੋਚਣ ਵਾਲੀ ਹੈ ਵੀ ਜਿਵੇਂ ਆਪਣੇ ਹੁਣ ਜਿਹੜੇ ਮਾਂ ਬਾਪ ਆ ਜਿਹੜਾ ਆਪਣਾ ਹੁਣ ਭਰਾ ਗਾ ਠੀਕ ਆ ਜਾਂ ਹੁਣ ਭੈਣ ਆ ਜੋ ਵੀ ਇੱਕ ਵਾਰੀ ਤੂੰ ਸੋਚ ਕੇ ਦੇਖ ਵੀ ਇਹ ਦੁਬਾਰੇ ਕਦੇ ਹੋਊਗਾ ਪਰਿਵਾਰ ਦੇ ਉਹ ਜੀ ਤਾਂ ਨਹੀਂ ਆਪਣੇ ਨਾਲ ਹੋਣੇ ਕਦੇ ਹੈ ਨਾ ਵੀ ਮੰਨ ਲਓ ਇਹੀ ਜਨਮ ਮਿਲਿਆ ਇੱਕ ਠੀਕ ਆ ਅਤੇ ਇਸ ਜਨਮ 'ਚ ਆਪਾਂ ਉਹਨਾਂ ਨਾਲ ਰਹਿੰਦੇ ਹਾਂ ਅਗਲਾ ਕਿਹਨੇ ਦੇਖਿਆ ਹੁਣ ਤਾਂ ਹੁਣ ਦੀ ਗੱਲ ਹੈ ਜਿਹੜਾ ਬੰਦਾ ਅੱਜ ਦੀ ਘੜੀ ਕੋਈ ਪਰਿਵਾਰ 'ਚ ਮੰਨ ਲਓ ਕੋਈ ਬਿਮਾਰੀ ਠਵਾਰੀ ਨਹੀਂ ਕੋਈ ਮੇਜਰ ਵੱਡੀਆਂ ਪ੍ਰੋਬਲਮ ਨਹੀਂ ਪੈਸਾ ਚਾਹੇ ਘੱਟ ਹੈ ਵੱਧ ਹੈ ਉਹ ਬੰਦੇ ਨੂੰ ਜ਼ਿੰਦਗੀ ਜਿਉਂ ਲੈਣੀ ਚਾਹੀਦੀ ਜ਼ਿੰਦਗੀ ਜਿਉਣ ਦਾ ਮਤਲਬ ਵੀ ਜ਼ਿੰਦਗੀ ਦਾ ਆਨੰਦ ਮਾਣ ਲੈਣਾ ਚਾਹੀਦਾ ਜ਼ਿੰਦਗੀ ਜਿਉਣ ਅਤੇ ਕੱਟਣ 'ਚ ਬਹੁਤ ਫਰਕ ਨੇ ਮੈਂ ਜਿਹੜੇ ਬੰਦਿਆਂ ਕੋਲ ਵਾਧੂ ਪੈਸਾ ਹੈ ਸਰਕਾਰੀ ਨੌਕਰੀਆਂ ਵਾਲੇ ਵੀ ਮੈਂ ਦੇਖਿਆ ਵੀ ਜ਼ਿੰਦਗੀ ਕੱਟਣ ਜੇ ਦਿਨ ਕੱਟਣ ਜੇ ਵਾਲੀਆਂ ਗੱਲਾਂ ਕਰਦੇ ਨਹੀਂ ਜ਼ਿੰਦਗੀ ਜਿਉਣੀ ਚਾਹੀਦੀ ਅਤੇ ਜਿਹੜੇ ਅਗਲਾ ਜਨਮ 'ਚ ਮੰਨ ਲਓ ਜੇ ਆਪਾਂ ਨੂੰ ਕਲੀਅਰ ਹੋਵੇ ਵੀ ਆਪਣਾ ਅਗਲਾ ਜਨਮ ਵੀ ਮਿਲ ਜੂ ਜੇ ਮਿਲ ਗਿਆ ਜਿਹੜਾ ਆਪਣੇ ਕੋਲ ਹੁਣ ਇਹ ਬੰਦੇ ਆ ਇਹ ਥੋੜ੍ਹੇ ਹੋਣਗੇ ਪਹਿਲਾਂ ਛੋਟਾ ਹੋਊ ਪਰ ਉਹ ਵੱਡਾ ਹੋ ਉਦੋਂ ਨੂੰ ਇਹ ਨਹੀਂ ਰਹਿਣੇ ਜਿਹੜਾ ਹੁਣ ਦਾ ਮਾਹੌਲ ਆ ਜਿਹੜਾ ਹੁਣ ਦਾ ਸਮਾਂ ਉਹ ਅੱਜ ਆ ਹੁਣ ਹੁਣੀ ਵੇਲੇ ਦੀ ਕਦਰ ਕਰੋ ਸਮੇਂ ਦੀ ਤਾਕਤ ਨੂੰ ਸਮਝੋ ਵੀ ਇਹ ਲੰਘਦਾ ਜਦੋਂ ਪਿੱਛੇ ਵਾਲੀ ਗੱਲ ਗਈ ਜੋ ਗਈ ਸਮਾਂ ਗਿਆ ਤੋਂ ਗਿਆ ਠੀਕ ਹੈ ਵੀ ਜਿਹੜੇ ਤੌਰ ਜਿਹੜੇ ਜਿਹੜੇ ਬੰਦੇ ਵੀ ਬਾਹਰ ਆਪਦਾ ਕੋਈ ਰੋਟੀ ਪਾਣੀ ਸੈੱਟ ਹੋਈ ਜਾਂਦਾ ਵੀ ਮੁੜ ਕੇ ਆਉਣ ਦੀ ਗੱਲ ਕਰੋ ਜਿਹੜੇ ਕਿਤੇ ਹੋਰ ਦੂਰ ਬੈਠੇ ਨੇ ਮਾਂ ਪਿਓ ਤੋਂ ਅੱਜ ਜੇ ਦਿਮਾਗ 'ਚ ਥੋੜ੍ਹੀਆਂ ਗੱਲਾਂ ਲੈ ਕੇ ਆਉਣ ਲੱਗੋਗੇ ਨਾ ਵੀ ਯਾਰ ਹਾਂ ਯਾਰ ਮੈਂ ਜਾਊਂਗਾ ਸਾਲ ਨੂੰ ਮਾਂ ਪਿਓ ਕੋਲ ਰਹੂੰਗਾ ਦੋ ਨੂੰ ਰਹੂੰ ਚਾਰ ਨੂੰ ਰਹੂੰ ਇਹ ਚੀਜ਼ ਨੂੰ ਅੰਗ ਕੇ ਰੱਖੋ ਅਤੇ ਉਹ ਕੰਮ ਨੂੰ ਨੇਪਰੇ ਚਾੜੋ ਅਤੇ ਆਓ ਜੀ ਖਾਣੀਆਂ ਦਾ ਦੇਖ ਦੋ ਟਾਈਮ ਦੀ ਰੋਜ਼ੀ ਰੋਟੀ ਹੈ ਰੋਟੀਆਂ ਖਾਣੀਆਂ ਨੇ ਥੋੜ੍ਹਾ ਮੋਟਾ ਪੈਸਾ ਚਾਹੀਦਾ ਬਾਕੀ ਬਾਹਲਾ ਪੈਸੇ ਕਰਦੇ ਕਰਦੇ ਜੇ ਆਪਾਂ ਕੋਈ ਲਾ ਇਲਾਜ ਬਿਮਾਰੀ ਲਾ ਲਈ ਆਪਦੇ ਸਰੀਰ ਨੂੰ ਫਿਰ ਤਾਂ ਐਂ ਤੂੰ ਸੋਚ ਵੀ ਇਲਾਜ ਨਾਲੋਂ ਤਾਂ ਪਰਹੇਜ਼ ਹੀ ਚੰਗਾ ਸਾਦਾ ਖਾਓ ਆਪਣਾ ਧਰਮ ਵੀ ਆਪਾਂ ਨੂੰ ਕਹਿੰਦਾ ਗੁਰਬਾਣੀ ਨੇ ਸਾਦਾ ਖਾਓ ਕਿਰਤ ਕਰੋ ਹੈ ਨਾ ਸਾਦਾ ਖਾਵਾਂਗੇ ਬੰਦਾ ਉਹੀ ਨਹੀਂ ਬਿਮਾਰ ਹੁੰਦਾ ਸਾਦੇ ਖਾਣ ਵਾਲੇ ਦਾ ਖਰਚਾ ਵੀ ਘੱਟ ਜਾਂਦਾ ਜਿਹੜਾ ਬੰਦਾ ਕਿਰਤ ਕਰੂਗਾ ਕੰਮ ਕਰੂ ਉਹਦੇ ਕੋਲ ਊਂ ਵੀ ਫਾਲਤੂ ਜਾਣ ਆਉਣ ਦਾ ਟਾਈਮ ਨਹੀਂ ਬਾਕੀ ਆਮ ਇੱਥੇ ਮੈਨੂੰ ਲੱਗਦਾ ਆਪਣੇ ਦੰਨਾ ਜੇ ਕੋਈ ਬੰਦਾ ਆਪਦਾ ਕਰਕੇ ਖਾਵੇ ਸਬਜ਼ੀ ਭਾਜੀ ਫਲ ਫਰੂਟ ਲਾਵੇ ਆਪਣੇ ਦੰਨਾ ਛੋਟਾ ਭੁੱਖਾ ਮਰੇ ਨਾ ਵੱਡਾ ਨਾਲੇ ਆਪਣੇ ਸਿੱਧੀ ਗੱਲ ਹੈ ਵੀ ਜਿਹੜੀ ਚੀਜ਼ ਦੀ ਘਾਟ ਪੈ ਗਈ ਉਹਦਾ ਲੰਗਰ ਲੱਗ ਜਾਂਦਾ ਹੈ ਨਾ ਗਰਮੀਆਂ ਤਾਂ ਛਬੀਲਾਂ ਵਾਧੂ ਆ ਸਿਆਲਾ ਤਾਂ ਲੰਗਰ ਵਾਧੂ ਆ ਆਪਣੇ ਤਾਂ ਗੱਲ ਹੀ ਕੁਛ ਨਹੀਂ ਜਿਹੜੀ ਧਰਤੀ 'ਤੇ ਆਪਾਂ ਨੂੰ ਜਨਮ ਦਿੱਤਾ ਰੱਬ ਨੇ ਬਾਕੀ ਜਿਹੜੇ ਧਰਮ ਤੋਂ ਆਪਾਂ ਬਿਲੋਂਗ ਕਰਦੇ ਇੱਦੂ ਤਾਂ ਵੱਡਾ ਇਤਿਹਾਸ ਕੋਈ ਨਹੀਂ ਇਸ ਕਰਕੇ ਸਮੇਂ ਦੀ ਕਦਰ ਨੂੰ ਸਮਝੋ ਆਪਦੇ ਮਾਂ ਪਿਓ ਆਪ ਜਿਹੜੇ ਜਿਹਨਾਂ ਦੇ ਬੁੜੇ ਠੇਰੇ ਹੋਣੇ ਸਟਾਰਟ ਹੋ ਗਏ ਬਿਮਾਰੀ ਠਵਾਰੀ ਵੱਧ ਗਈ ਉਹਨਾਂ ਕੋਲ ਆਓ ਉਹਨਾਂ ਨਾਲ ਜਿਹੜੇ ਪਿਛਲੇ ਉਹਨਾਂ ਦੇ 10-15 ਸਾਲ ਬਤੀਤ ਕਰੋ ਵੱਧ ਤੋਂ ਵੱਧ ਮੈਮਰੀਜ਼ ਕਲੈਕਟ ਕਰੋ ਉਹੀ ਤੁਹਾਡੇ ਬਾਅਦ 'ਚ ਕੰਮ ਆਉਣਗੇ।